ਸਸਕਾ ਵੀਰ ਜੀ ਸਾਰੇ ਵੀਰਾਂ ਨੂੰ ਸੰਦੀਪ ਡੇਅਰੀ ਫਾਰਮ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ। ਅਤੇ ਵੀਜ਼ਾ ਜੀ ਆਪਣੀ ਵਿਜਿਟ ਹੈਗੀ ਆ ਪਿੰਡ ਬਰਨਾਲਾ ਜ਼ਿਲ੍ਹਾ ਤਰਨ ਤਾਰਨ ਤਹਿਸੀਲ ਪੱਟੀ। ਪਹਿਲੀ ਵੀਡੀਓ ਬਣਾ ਲਾਂਗੇ ਬਾਈ ਹੋਣਾਂ ਦੀ, ਆਪਾਂ ਵਪਾਰ ਦਾ ਕੰਮ ਕਰਦੇ ਜੀ। ਅਤੇ ਅੱਜ ਵੀ ਚਲੋ ਇਹਨਾਂ ਕੋਲ 4-5 ਦੇ ਲਗਭਗ ਪਸ਼ੂ ਸੇਲ ਆ, ਅਤੇ ਆਉਣ ਬਾਈ ਜੀ ਨੇ ਗੱਲਬਾਤ ਕਰੀਏ ਇਹਨਾਂ ਦਾ ਪ੍ਰਾਈਸ ਕੀ ਆ, ਕੀ ਮਿਲਕ ਰਿਕੋਰਡ ਆ। ਉਸ ਤੋਂ ਪਹਿਲਾਂ ਵੀਜ਼ਾ ਕੈਸਕਨ ਤੋਂ ਪਹਿਲਾਂ ਇੱਥੇ ਆ ਕੇ ਚੁਆਈ ਕਰੋ, ਪਾਸ ਕਰੋ, ਪੂਰੀ ਤਸੱਲੀ ਖਰੀਦੋ। ਵਾਰ ਵਾਰ ਜੀ ਇਹ ਬੇਨਤੀ ਕਰ ਦਿੰਦੇ ਹਾਂ ਕਿ ਚੁਆਈ ਜ਼ਰੂਰ ਕਰਿਆ ਕਰੋ, ਨਾਲੇ ਵੀਡੀਓ ਬਾਤ ਸ਼ੇਅਰ ਕਰ ਦਿਆ ਕਰੋ। ਚਲੋ ਕਹਾਂਗੇ ਕਿ ਵੀਰ ਦਾ ਫਾਇਦਾ ਹੋ ਸਕੇ। ਹੁਣ ਆਪਾਂ ਬਾਈ ਜੀ ਹੋਣਾਂ ਗੱਲਬਾਤ ਕਰੀਏ। ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਸੰਦੀਪ ਬਾਈ ਜੀ, ਹੋਰ ਸੁਣਾਓ ਠੀਕ? ਸਭ ਵਧੀਆ ਬਾਈ ਜੀ, ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ। ਬਹੁਤ ਬਹੁਤ ਸਵਾਗਤ ਸਾਹਿਬ। ਵਪਾਰ ਕਰਦੇ ਬਾਈ ਜੀ? ਹਾਂਜੀ ਵਪਾਰ। ਬਾਵਾ ਟਾਈਮ ਹੋ ਗਿਆ ਕਰਦੇ ਨੂੰ? ਟਾਈਮ ਕਾਫੀ ਹੋ ਗਿਆ। ਠੀਕ ਆ ਠੀਕ ਆ। ਤੇ ਗਾਈਆਂ ਮੱਝਾਂ ਦੋਵੇਂ? ਗਾਵਾਂ ਮੱਝਾਂ ਦੋਵਾਂ ਦਾ ਜੀ। ਚਲੋ ਅੱਜ ਫਿਰ ਪਸ਼ੂ ਕਿੰਨੇ ਜੀ? ਅੱਜ ਆਪਣੇ ਕੋਲੇ 4 ਨੇ। 4 ਨਾਮ ਤੇ ਐਡਰੈਸ ਬੋਲੋ ਪਹਿਲਾਂ। 2 ਮੱਝਾਂ ਨੇ ਤੇ 2 ਗਾਵਾਂ ਨੇ। ਠੀਕ ਆ। ਹਾਂਜੀ ਪਿੰਡ ਬਰਨਾਲਾ। ਹਾਂਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ। ਠੀਕ। ਨਾਮ ਤੁਹਾਡਾ? ਸਰਜ ਸਿੰਘ। ਹਾਂਜੀ ਸਰਜ ਸਿੰਘ। ਸਰਜ ਸਿੰਘ। ਠੀਕ ਆ। ਫੋਨ ਨੰਬਰ 9658 4459। ਇੱਕ ਵਾਰ ਫਿਰ ਬੋਲੋ। 9658 4459। ਚਲੋ ਦੱਸੋ ਇਹਦੇ ਬਾਰੇ। ਹਾਂਜੀ ਇਹ ਮਾਈ ਸਾਹਿਬ ਸੂਈ ਜੇ 30 ਤਰੀਕ ਆ। ਅੱਛਾ 30 ਨੂੰ ਸੂਈ ਆ। ਹਾਂਜੀ ਠੀਕ ਆ। ਇਸ ਟਾਈਮ ਥਲੇ 12 ਲੀਟਰ ਬੋਲਾ ਤਿਆਰ ਆ। 12 ਕਿਲੋ ਬੋਲਾ ਤਿਆਰ ਹੀ ਆ ਜੀ। ਤੇ ਕਿੰਨੇ ਕਿਰੀ ਕਰਜੂ ਫਿਰ ਦੁੱਧ ਜੀ? ਦੁੱਧ ਸਭ ਘਰ ਵਾਲੇ ਕਹਿੰਦੇ 17 ਕਿਲੋ ਚਾਉਂਦੇ ਰਹੇ, ਪਰ ਆਪਾਂ ਕੁਝ ਕਹਿ ਨਹੀਂ ਸਕਦੇ ਤੇ ਬਾਕੀ ਮੱਝ ਤਗੜੀ ਆ। ਖੋਲੋ ਫਿਰ। ਚਲੋ 12 ਕਿਲੋ ਇਸ ਟਾਈਮ ਦੁੱਧ ਤਿਆਰ ਆ ਨਾ ਜੀ। ਲੋ ਜੀ ਦੇਖੋ 12 ਕਿਲੋ ਇਸ ਟਾਈਮ ਦੁੱਧ ਤਿਆਰ ਆ। ਤੇ ਦੇਖੋ ਚੁਆ ਪਥਮਾ ਬਾਜੀ ਕਿਵੇਂ ਆ? ਇੱਕ ਨੰਬਰ ਜੀ। ਇੱਕ ਨੰਬਰ ਪੂਰਾ ਹੈ। ਠੀਕ ਹੈ। ਬੱਚਾ ਮਗਰ ਕੱਟਾ ਦਿੱਤਾ ਜੀ? ਕੱਟਾ ਮਗਰ ਆ ਗਿਆ ਜੀ। ਤੇ ਲੋ ਜੀ ਚੈੱਕ ਕਰੋ ਘਰਾਂ ਦੀ। 30 ਤਰੀਕ ਨੇ ਸੂਈ ਜੀ। ਆ ਦੇਖੋ ਆ ਜਾਓ, ਲਿਆਓ ਬਾਜੀ, ਲਿਆਓ ਲਿਆਓ ਲੈ ਚਲੋ। ਠੀਕ ਹੈ। ਆ ਬੱਚਾ ਆ ਗਿਆ ਨਾ ਜਿੰਦਾ। ਚਲੋ ਲੋ ਜੀ ਪੂਰੇ ਨਿਸ਼ਾਨੇ ਆ ਗਏ ਮੈਂ ਤੇ। ਹਾਂਜੀ ਬਾਜੀ ਆ ਜਾਓ ਅੱਗੇ ਬੋਲੋ ਬਾਜੀ। ਜੈ ਜੀ ਕੀਮਤ ਜਿਹੜੇ ਫਟਾਫਟ ਜਾ ਰਿਹਾ ਚੁਟਕੀ ਵਾਂਗੂ। 90,000 ਰੁਪਏ। ਕਿੰਨਾ ਮਾਨਤਨ? ਮਾਨਤਨ ਕੋਈ ਜੈ ਜੈ ਜੀ ਬਿਲਕੁਲ ਥੋੜਾ ਫਰਕ ਬਾਅਦ ਕਰ ਦੋ। ਆ ਜਾਓ ਫਿਰ ਇੱਧਰ ਆ। ਚਲੋ ਇਹ ਜੀ ਇਹ ਸਭ ਮੱਝ ਤਿੱਲਣ ਆ। ਅੱਛਾ ਤੇਲਾ 10 ਦਿਨ ਲੈਂਦੀ ਹੈ। ਠੀਕ ਆ। ਗੱਬਣ? ਗੱਬਣ ਹਾਂ ਠੀਕ ਆ। ਇਹ ਆ ਔਰ ਲਾਣੇ ਪਿਛਲਾ ਥਾਣ? ਹਾਂਜੀ ਹਾਂਜੀ। ਤੇ ਥੱਲੇ ਵਾਲੇ ਵੱਟ ਕੱਢ ਦਿਓ। ਅੱਛਾ ਚੰਗਾ ਬਣੂਗੀ। ਚੰਗੀ ਬਣੂ। ਦੁੱਧ ਕਿੰਨਾ ਕਰੂ ਫਿਰ? ਇਹ ਦੁੱਧ ਸਭ ਆਉਂਦੇ ਵੀ ਤਿੱਲੜੀ 10,000 ਕਿਲੋ ਦਿੰਦੀ ਹੈ। ਖੋਲੋ ਭਾਜੀ ਵੀ ਲੋ ਜੀ ਤੇਲਾ। ਹਾਂ ਟਲੇਟੋ ਨੇ ਬਹੁਤ ਆ। ਹਾਂਜੀ ਤੇ ਤੋਰੋ ਇਹਨੇ ਵੀ। ਹਾਂਜੀ ਆ ਦੇਖੋ ਸੁਆ ਆਊਗੀ ਜੀ। ਚਲੋ ਚੌਥਾ ਵੀ ਲਾ ਦਿੰਦਾ, ਪੰਜਵਾਂ ਲਾ ਲਾ ਤੁਹਾਡਾ ਸਰ। ਆ ਬਿਲਕੁਲ ਜੀ ਤੋਰੋ ਭਾਜੀ। ਲਓ ਜੀ ਇਹ ਵੀ ਚੈੱਕ ਕਰੋ, ਬਾਕੀ ਸਹੀ ਇੱਥੇ ਨਾ ਭਾਜੀ। ਠੀਕ ਆ। ਆ ਜਾਓ ਭਾਜੀ ਆ ਜਾਓ ਆ ਜਾਓ, ਮਾੜਾ ਮੂੰਹ ਮਾ ਦਿਖਾ ਦਿਓ ਚੰਗੇ ਸਰ। ਠੀਕ ਹੈ ਚਲੋ ਲੈ ਚਲੋ। ਤਾਂ ਭਾਅ ਜੀ ਫਿਰ ਇਹਦੀ ਕੀਮਤ ਆ? ਇਹਦੀ ਕੀਮਤ ਸਾਹਿਬ 47,000 ਰੁਪਈਆ ਜੀ। ਉਹਦੇ 'ਚ ਕਿੰਨੇ ਛੱਡੋਗੇ? ਮਾਨਤਨ ਕਰ ਦੇਵਾਂਗੇ 45 ਦੀ ਦੇ ਦੇਵਾਂਗੇ। ਚਲੋ ਆ ਜਾਓ। ਅਤੇ ਆਹ ਗਾਂ ਹੈ ਜੀ, ਦੁੱਧ ਕਿੰਨੇ ਥੱਲੇ ਜੀ ਨੇ ਭਾਅ ਜੀ? ਇਹਦੇ ਥੱਲੇ 13 ਲੀਟਰ ਬੋਲ 13 ਕਿਲੋ ਪਰਸੋਂ ਦੀ ਸੀ। ਅੱਛਾ ਵੱਛੀ ਚੋ ਵੱਛੀ ਮਗਰ। ਹਾਂਜੀ ਚਲੋ ਤੋਰੋ ਜੀ ਇਹ ਵੀ ਅੰਦਰ ਨੂੰ ਲਿਆਓ। ਚੋ ਆ ਜਾਓ ਵਧੀਆ ਜੀ ਇੱਕ ਨੰਬਰ। ਠੀਕ ਆ ਇਹਦੇ ਨੂੰ ਤੋਰੋ ਮਾੜਾ ਜੀ ਬਾ। ਠੀਕ ਆ ਆ ਜਾਓ ਜੀ ਆ ਜਾਓ ਆ ਜਾਓ ਲਿਆਓ। ਇਹ ਥੋੜਾ ਪੱਕੇ ਖਾਦਾ ਕਰ ਦਿਓ। ਲੈ ਜਾਓ। ਤੇ ਬਾਜੀ ਫਿਰ ਇਹਦੀ ਕੀਮਤ? ਇਹਦੀ ਕੀਮਤ 40,000 ਰੁਪਈਆ। 40,000 ਰੁਪਈਆ 18-20 ਕਿਲੋ ਦੁੱਧ ਚਾਹੀਦਾ। ਹੋਰ ਆਓ ਥੱਲੇ ਯਾਰ, ਹੋਰ ਆਓ ਥੱਲੇ ਜਾਇਜ ਕਰੋ। 36,000 ਦੀ ਦੇ ਦੇ ਬੱਠੀ ਹੋਰ ਕਰਦੇ ਮੌਕੇ ਦੇ ਮਾਨ ਤਾਂ। ਚਲੋ ਆਹ ਹੈ ਜੀ ਇਹ ਗੱਬਣ ਹੈ ਜੀ, ਇਹਨੇ ਅਜੇ ਲੈ ਜਾਣੇ ਜੇ ਘੱਟ ਤੋਂ ਘੱਟ ਵੀ 15 ਦਿਨ। ਇਹ ਵੀ ਖੋਲੋ ਫਿਰ 15 ਦਾ ਲੈ ਜਾਓ। ਹੈ ਚੰਗੀ ਬਣੂ ਥੱਲੋਂ ਫਿਰ? ਹਾਂਜੀ ਬਹੁਤ ਸੋਹਣੀ ਬਣ ਜੂ। ਇਧਰ ਨੂੰ ਲਿਆਓ ਭਾਜੀ। ਮੁੰਡਾ ਲਿਆ ਭਾਈ। ਠੀਕ ਹੈ ਸਿੰਘ ਆ ਗਿਆ ਨਾ? ਹਾਂਜੀ ਅੰਦਰ ਲੈ ਚਲੋ। ਆ ਜਾਓ ਭਾਜੀ ਆ ਜਾਓ ਆ ਜਾਓ। ਤੇ ਭਾਜੀ ਫਿਰ ਇਹਦੀ ਕੀਮਤ? ਇਹਦੀ ਕੀਮਤ 21,000 ਰੁਪਈਆ। 21,000 ਰੁਪਈਆ ਚਲੋ
ਘਰ ਦੇ ਮੁਕਰ ਮਾਨਦ ਨਾ ਹੋਰ ਬਤਾਈ ਹੈ ਜੀ। ਦੇਖੋ ਜੀ ਆਹ ਪਸ਼ੂ ਬਾਈਆਂ ਕੋਲ ਜੀ ਅਤੇ ਚੈੱਕ ਕਰਕੇ ਲੈ ਕੇ ਜਾਏ ਮੇਰੇ ਵੀਰ ਪੂਰੀ ਤਸੱਲੀ ਲੈ ਕੇ ਜਾਇਆ ਜੀ ਠੀਕ ਹੈ ਨਾ। ਆ ਜਾਓ ਭਾਅ ਜੀ ਚਲੋ ਨੰਬਰ ਬੋਲੋ ਜੀ ਆਪਣਾ ਨੰਬਰ ਸਾਹਿਬ ਵਟਸਐਪ ਤੇ ਮੇਰੇ ਕੋਲੇ ਨਹੀਂ ਚੱਲਦਾ। ਚਲੋ ਕੋਈ ਨਹੀਂ ਜਿਹੜਾ ਹੈਗਾ 9653 ਹਾਂਜੀ 46 950 ਠੀਕ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।